मरहूम मुख्यमंत्री बयान सिंह दे पोते अते लुधियाना तो मैंबर पार्लीमेंट रवरीत सिंह बिट्टू दे नाल नाल पंजाब दे मुख्यमंत्री कैप्टन अमरिंदर सिंह नूं विदेशां च बैठे NRI सिखां ने धमकी दित्ती है कि खालिस्तान असीं तुहाडी हिक ते बनावांगे। सिख फॉर जस्टिस दे पेज ते वीडियो अपलोड हुई अते मीडिया दे नाल नाल रवरीत सिंह बिट्टू नूं टैग कीता गया अते सिट्टे वजो वीडियो वायरल हो गई। पहला तां तुसीं इह वीडियो देखो, उस तों बाद अगे वधदे हां। जिसते तारीख लिखी हुई है 10 जून अते रेफरेंडम 2020 वालियां दा कैलिफोर्निया तो रवनीत बिट्टू नूं सुनेहा। ਮਾੜੀ ਬਰਕ ਮਾਰਨ ਦਾ 10-10 ਦਿਨ ਅੰਦਰੋਂ ਬੜਿਆ ਨੀ ਨਿਕਲਦਾ ਫਿਰ ਅੱਜ ਤੱਕ ਅਰੇ 45-45 ਮਿੰਟ ਦੇ ਇੱਕੋ ਗੱਲ ਚਲਾਉਂਦੇ ਆ ਵੀ ਸਾਡੇ ਬਿੱਟੂ ਨੂੰ ਧਮਕੀ ਦਿੱਤੀ ਆ। ਬਾਬੇ ਆਪਣੇ ਰਾਹ ਦੇ ਤੁਰਨ ਤੋਂ ਪਹਿਲਾਂ ਸੋਚ ਲੈਣਾ ਸੀ ਕਿ ਬਾਬੇ ਤੇਰੇ ਦੀ ਪਛਾਣ ਬੂਟਾ ਤੋਂ ਹੋਈ ਸੀ। ਖੈਰ ਲੀਗਲ ਤਰੀਕੇ ਨਾਲ ਚੱਲਦੇ ਆ, ਤੈਨੂੰ ਇੰਨਾ ਦੱਸ ਦੇਣਾ ਚਾਹੁੰਦਾ ਜਿਹੜੀ ਬਿਆਨਬਾਜ਼ੀ ਤੂੰ ਪੰਜਾਬ ਚ ਕਰਨ ਡਿਆ ਵੀ ਜੇ ਖਾਲਿਸਤਾਨ ਬਣਾਉਣਾ ਅਮਰੀਕਾ ਕੈਨੇਡਾ ਦੀ ਧਰਤੀ ਤੇ ਬਣਾ ਲਓ। ਖਾਲਿਸਤਾਨ ਇੱਕ ਜਗ੍ਹਾ ਦੇ ਟੁਕੜੇ ਦਾ ਨਾਂ ਨਹੀਂ ਬਿੱਟੂ, ਜਿਹੜਾ ਖਾਲਿਸਤਾਨ ਹੈ ਉਹ ਇੱਕ ਜਗ੍ਹਾ ਦੇ ਟੁਕੜੇ ਦਾ ਨਾਂ ਨਹੀਂ ਗਾ। ਖਾਲਿਸਤਾਨ ਬਣਾਵਾਂਗੇ, ਤੁਹਾਡੀ ਹਿੱਕ ਤੇ ਬਣਾਵਾਂਗੇ। ਮੇਰੇ ਦੇਸ਼ ਦੇ ਜਿਹੜੇ ਬੈਠੇ ਆ ਤੁਸੀਂ ਆਗੂਬਾਈ ਕਰਕੇ ਬੈਠੇ ਆ, ਮੇਰੇ ਪੰਜਾਬ ਦੇਸ਼ ਦੇ ਧੱਕੇ ਨਾਲ ਤੁਸੀਂ ਆਗੂਬਾਈ ਕਰਕੇ ਬੈਠੇ ਆ। ਜਿਹੜਾ ਬਾਬੇ ਦਾ ਹਾਲ 2 ਲੱਖ ਸਿੰਘ ਸਿੰਘਣੀਆਂ ਸ਼ਹੀਦਾਂ ਬੱਚਿਆਂ ਦਾ ਲਹੂ ਡੁੱਲਾ, ਉਹਦੇ ਲਈ ਅਮਰੀਕਾ ਦੀ ਸੰਗਤ ਇਕੱਠੀ ਹੋ ਕੇ ਅੱਜ ਰਿਮੈਂਬਰੈਂਸ ਡੇ 34ਵਾਂ ਫਰੀਡਮ ਰੈਲੀ ਮਾਰਚ ਕਰਨ ਡਈ ਆ। ਪਰ ਇਹ ਗੱਲ ਤੈਨੂੰ ਬਿੱਟੂ ਕੰਨ ਖੋਲ ਕੇ ਸੁਣ ਲੈ, ਪਿੱਛੇ ਕੈਪਟਨ ਗੱਲ ਸੁਣ ਲੈ ਓਏ, ਤੈਨੂੰ ਇੰਨੀ ਗਾਰੰਟੀ ਦਿੰਦੇ ਆ ਵੀ ਤੇਰੀ ਹਿੱਕ ਤੇ ਨਾਂ ਨਿਸ਼ਾਨ ਸਭ ਕੱਟਿਆ ਤਾਂ ਮੇਰਾ ਨਾਂ ਬਟਾ ਦੇਈ। ਸਾਥ ਦੇਣ ਵਾਲੇ ਵੀਰੋ ਤਗੜੇ ਹੋ ਜਾਓ, ਟਾਈਮ ਆ ਤੁਹਾਡੇ ਤੇ ਬਹੁਤ ਕੁਛ ਚੱਲਣਾ, ਇੱਕ ਨਹੀਂ ਆਉਣਾ, ਬਹੁਤ ਹੁਣ ਇਸ ਵੇਲੇ ਤਸ਼ੱਦਦ ਹੋਣੇ ਆ, ਬਹੁਤ ਕੁਛ ਹੋਣਾ, ਇਹ ਨਹੀਂ ਹਰ ਇੱਕ ਕਦਮ ਚੱਕਣਾ ਉਹ ਜਿਹਦੇ ਨਾਲ 2020 ਨੂੰ ਫੇਰ ਕਰ ਸਕਣ। ਸਿਰਫ ਸਿੰਘੋ ਇੱਕ ਮੌਕਾ ਦਿਓ, ਇੱਕ ਵੋਟ ਦੀ ਗੱਲ ਕਰਦੇ ਆ, ਡੈਮੋਕਰੇਟ ਤਰੀਕੇ ਨਾਲ ਉੱਥੇ ਦੀ ਗੱਲ ਕਰਦੇ ਆ ਨਾ ਜਿਹੜੇ ਸੰਵਿਧਾਨ 'ਚ ਹੀ ਯਕੀਨ ਨਹੀਂ ਕਰਦੇ। UNO ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਆ, ਉਹ ਤੁਹਾਨੂੰ ਕਹਿੰਦੇ ਆ ਕਿ ਵੋਟਾਂ ਪਾਓ, ਸਾਨੂੰ ਦੱਸੋ ਕਿੰਨਿਆਂ ਨੂੰ ਖਾਲਿਸਤਾਨ ਚਾਹੀਦਾ। ਜੇ ਤਾਂ ਅਸੀਂ ਗੰਗੂ ਚੰਦੂ ਵਰਗੇ ਹੈਗੇ ਆ, ਜੇ ਤਾਂ ਗੰਗੂ ਚੰਦੂ ਵਰਗੇ ਬਸ਼ਰਮ ਜਨਾਨੇ ਆ, ਫੇਰ ਤਾਂ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ। ਤੇ ਜੇ ਹਰੀਸ਼ੂ ਨਲਵੇ ਦੀਆਂ ਹਾਲਾਤਾਂ ਦਾ ਫੇਰ ਸਾਨੂੰ ਖਾਲਿਸਤਾਨ ਚਾਹੀਦਾ, ਤੇ ਫੇਰ ਵੋਟਾਂ ਪਾਉਣੀਆਂ ਪੈਣ। ਇੰਨੇ ਕੁ ਵਿਚਾਰ ਆ ਵੀਰੋ ਮੇਰੇ, ਜਿਹੜਾ ਬਾਹਰਾ ਅੱਕੜ ਆ ਉਹ ਤੇ ਮੈਸੇਜ ਜ਼ਰੂਰ ਪਹੁੰਚਾ ਦਿਓ ਬਿੱਟੂ ਤੱਕ ਵੀ ਤੇਰੀ ਹਿੱਕ ਤੇ ਕੱਢਣਗੇ ਸਿੰਘ ਝੰਡਾ, ਟਾਈਮ ਲੱਗ ਗਿਆ, ਤਿਆਰ ਹੋ ਜਾ ਬੱਚੇ ਕੈਪਟਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਕਾਬਿਲੇ ਗੌਰ ਹੈ ਕਿ ਜਿਵੇਂ ਕਿ ਪੋਸਟ 'ਚ ਲਿਖਿਆ ਗਿਆ ਹੈ ਅਤੇ ਤੁਸੀਂ ਸੁਣਿਆ ਕਿ ਰਵਨੀਤ ਬਿੱਟੂ ਨੇ ਕਿਹਾ ਕਿ ਜੇ NRI ਸਿੱਖਾਂ ਨੂੰ ਖਾਲਿਸਤਾਨ ਚਾਹੀਦਾ ਹੈ ਤਾਂ ਉਹ ਵਿਦੇਸ਼ਾਂ ਦੀ ਧਰਤੀ ਤੇ ਬਣਾ ਲੈਣ ਅਤੇ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਨੂੰ ਅੱਤਵਾਦੀ ਕਿਹਾ ਸੀ, ਜਿਸ ਦੇ ਵਿਰੋਧ 'ਚ ਕੈਲੀਫੋਰਨੀਆ 'ਚ ਬੈਠੇ ਇਹਨਾਂ NRI ਸਿੱਖਾਂ ਨੇ ਸ਼ਰੇਆਮ ਮੁੱਖ ਮੰਤਰੀ ਪੰਜਾਬ ਅਤੇ ਰਵਨੀਤ ਬਿੱਟੂ ਨੂੰ ਚੈਲੰਜ ਕਰ ਦਿੱਤਾ ਹੈ। ਹੁਣੇ ਭਖਿਆ ਮਸਲਾ ਆਉਣ ਵਾਲੇ ਸਮੇਂ 'ਚ ਕੀ ਮੋੜ ਲਵੇਗਾ ਅਤੇ ਪੰਜਾਬ ਦੇ ਸਿਆਸਤਦਾਨਾਂ ਦੇ ਇਸ 'ਤੇ ਕੀ ਪ੍ਰਤੀਕਰਮ ਦੇਖਣ ਨੂੰ ਮਿਲਣਗੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਇਹ ਦੇਖਣ ਵਾਲੀ ਗੱਲ ਹੋਵੇਗੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ।